ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਹੋਪ ਤੁਸੀਂ ਸਾਰੇ ਵਧੀਆ ਹੋਗੇ ਅਤੇ ਅਸੀਂ ਵੀ ਠੀਕ ਠਾਕ ਹਾਂ। ਅਤੇ ਅੱਜ ਤੁਸੀਂ ਪਿੱਛੇ ਦਾ ਵਿਊ ਦੇਖਦੇ ਹੋਣੇ ਕਿ ਅਸੀਂ ਪਿੰਡ ਆਏ ਹੋਏ ਹਾਂ ਅਤੇ ਖੇਤਾਂ 'ਚ ਬਹੁਤ ਹੀ ਖਾਸ ਗੱਲ ਕਰਨ ਵਾਸਤੇ ਤੁਹਾਡੇ ਨਾਲ ਪਹੁੰਚੇ ਹੋਏ ਹਾਂ। ਖਾਸ ਗੱਲ ਅਸੀਂ ਸ਼ੁਰੂ ਕਰਦੇ ਹਾਂ ਕਿ ਕਾਫੀ ਕਮੈਂਟ ਆਉਂਦੇ ਸੀ ਤੁਹਾਡੇ ਕਿ ਸਿਮਰਨ ਕੀ ਕਰਦੀ ਹੈ, ਸਿਮਰਨ ਸਕੂਲ ਜਾਂਦੀ ਹੈ, ਸਿਮਰਨ ਸਟੱਡੀ ਕਰਦੀ ਹੈ। ਅਤੇ ਕੁਛ ਕੁ ਆਪਾਂ ਨੂੰ ਜਵਾਬ ਦਿੰਦੇ ਵੀ ਰਹੇ ਹਾਂ ਕਿ ਸਿਮਰਨ ਕੰਪਿਊਟਰ ਕੋਰਸ ਕਰਦੀ ਪਈ ਹੈ। ਅਤੇ ਅੱਜ ਤੁਹਾਨੂੰ ਦੱਸਦੇ ਹਾਂ ਸਿਮਰਨ ਦੀ ਪੂਰੀ ਹਿਸਟਰੀ ਜਾਣਕਾਰੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਸਿਮਰਨ ਬਾਰੇ ਤੁਸੀਂ ਪੁੱਛਦੇ ਹੁੰਦੇ ਸੀਗੇ ਕਿ ਸਿਮਰਨ ਕੀ ਕਰਦੀ ਹੈ, ਵੈਸੇ ਤਾਂ ਕੰਪਿਊਟਰ ਕੋਰਸ ਕਰਦੀ ਸੀ, ਅਸੀਂ ਦੱਸਦੇ ਸੀ ਕੰਪਿਊਟਰ ਕੋਰਸ ਕਰਦੀ ਹੈ, ਅਤੇ ਨਾਲ ਨਾਲ ਤੁਹਾਨੂੰ ਸਰਪ੍ਰਾਈਜ਼ ਦੇਣ ਲਈ ਅਸੀਂ ਨੇ ਦੱਸਿਆ ਨਹੀਂ। ਅੱਜ ਆਪਣਾ ਜਿਹੜਾ ਸਰਪ੍ਰਾਈਜ਼ ਅਸੀਂ ਖੋਲ੍ਹਣ ਲੱਗੇ ਹਾਂ ਅਤੇ ਸਿਮਰਨ ਨੇ ਜੋ ਕੈਨੇਡਾ ਦਾ ਵੀਜ਼ਾ ਹੈ ਉਹ ਹਾਸਿਲ ਕਰ ਲਿਆ, ਅਤੇ ਸਾਡੇ ਮਨ ਦੇ ਵਿੱਚ ਡਰ ਵੀ ਹੈ ਕਿਉਂਕਿ ਉੱਥੇ ਜਿਸ ਤਰ੍ਹਾਂ ਦੇ ਸਰਕਮਸਟਾਂਸਿਸ ਦਿਖ ਰਹੇ ਨੇ ਕਿ ਉੱਥੇ ਕੰਮ ਨਹੀਂ ਹੈਗਾ, ਕੰਮ ਦੀ ਸ਼ੋਰਟੇਜ ਹੈ, ਫਿਰ ਵੀ ਅਸੀਂ ਡਰਦੇ ਡਰਦੇ ਕਰ ਰਹੇ ਹਾਂ। ਹੁਣ ਕਰ ਲਿਆ ਤਾਂ ਹੁਣ ਸਭ ਕੁਛ ਹੈ, ਅਤੇ ਬਾਕੀ ਕੁਛ ਤੁਹਾਡੇ ਸਵਾਲਾਤ ਹੋਣਗੇ ਅਤੇ ਸਵਾਲ ਜਿਹੜੇ ਨੇ ਉਹ ਕਰਨੇ ਜ਼ਰੂਰੀ ਨੇ ਕਿਉਂਕਿ ਅਗਲੇ ਕਿਸੇ ਬੱਚਾ ਅਗਰ ਕੋਈ ਦੇਖ ਰਿਹਾ ਤਾਂ ਉਹ ਵੀ ਇਸ ਚੀਜ਼ ਨੂੰ ਦੇਖ ਨੌਲੇਜ ਮਿਲ ਜਾਵੇ ਕਿ ਇਹਨਾਂ ਨੇ ਕੀ ਕੀਤਾ, ਹੋ ਸਕਦਾ ਇਹਨਾਂ ਤੋਂ ਗਾਈਡ ਕਰਕੇ ਤੁਹਾਨੂੰ ਸਾਰਾ ਇਹਦੇ ਵਿੱਚ ਸਾਰਾ ਕੁਝ ਦੱਸਾਂਗੇ ਵੀ ਕਿੰਨਾ ਆਈਲੈਂਡਸ ਬੈਂਡ ਆਇਆ ਔਰ ਕਿੰਨਾ ਸਭ ਕੁਛ ਹੋਇਆ, ਕਿੰਨਾ ਖਰਚਾ ਆਇਆ, ਕਿੰਨਾ ਕੁਛ ਆਇਆ, ਇਹ ਸਾਰਾ ਕੁਝ ਤੁਹਾਨੂੰ ਦੱਸਾਂਗੇ। ਅਤੇ ਲਓ ਜੀ ਆਪਾਂ ਹੁਣ ਕਰਦੇ ਹਾਂ, ਆਪਾਂ ਸਿਮਰਨ ਤੋਂ ਹੀ ਕੁਐਸਚਨ ਕਰਦੇ ਹਾਂ ਕਿ ਵੀਜ਼ਾ ਇਹ 12th ਜਿਹੜੀ ਆ ਉਹ ਕਦੋਂ ਹੋਈ ਤੁਹਾਡੀ ਬੇਟਾ? ਮੇਰੀ 12th ਹੋਈ ਸੀ 2023 ਦੇ ਵਿੱਚ, ਪਿਛਲੇ ਸਾਲ ਹੀ ਕੰਪਲੀਟ ਹੋਈ ਸੀ ਮੇਰੀ। ਤੇ ਕਿਹੜਾ ਸਟ੍ਰੀਮ ਸੀ ਤੁਹਾਡੇ ਕੋਲ? ਮੇਰਾ ਸਟ੍ਰੀਮ ਸੀ ਕਾਮਰਸ ਸਟ੍ਰੀਮ, ਤੇ ਕਿਉਂਕਿ ਮੈਨੂੰ ਪਹਿਲਾਂ ਤੋਂ ਕਾਫੀ ਜ਼ਿਆਦਾ ਇੰਟਰਸਟ ਸੀ, ਮਤਲਬ ਪਹਿਲਾਂ ਨਹੀਂ ਕਹਿ ਸਕਦੇ ਵੀ ਮੈਨੂੰ 9th 10th 'ਚ ਐਂ ਸੀ ਵੀ ਮੈਂ ਨੋਨ ਮੈਡੀਕਲ ਰੱਖੂੰਗੀ, ਪਰ ਜਦੋਂ ਆਪਾਂ ਮੈਂ 10th ਪਾਸ ਕੀਤੀ ਹੈ ਨਾ, ਫਿਰ ਆਪਾਂ ਬਹੁਤ ਜ਼ਿਆਦਾ ਉਹ ਮੈਂ ਕਨਫਿਊਜ਼ ਹੋ ਗਈ ਸੀ ਮੈਂ ਨੋਨ ਮੈਡੀਕਲ ਰੱਖਾਂ, ਕਿਉਂਕਿ ਬੱਚਿਆਂ ਤੋਂ ਜਦੋਂ ਆਪਾਂ ਰਿਵਿਊ ਸੁਣਦੇ ਹੁੰਦੇ ਸੀ ਮੈਂ ਕਹਿੰਦਾ ਸੀ ਨੋਨ ਮੈਡੀਕਲ ਕਾਫੀ ਟਫ ਹੈ, ਅਤੇ ਫਿਰ ਮੈਂ ਨਾ ਕਾਮਰਸ ਸਟ੍ਰੀਮ ਬਾਰੇ ਸੋਚਿਆ ਕਿਉਂਕਿ ਉਦੋਂ ਮੈਨੂੰ ਕਾਮਰਸ ਸਟ੍ਰੀਮ ਬਾਰੇ ਕੁਛ ਇੰਨਾ ਮਤਲਬ ਐਂ ਨਹੀਂ ਸੀ ਵੀ ਮੈਂ ਰੱਖੂੰਗੀ, ਮੈਨੂੰ ਆਰਟਸ ਸੀ ਜਾਂ ਨੋਨ ਮੈਡੀਕਲ ਸੀ, ਆਹ ਦੋ ਸੀ। ਫਿਰ ਮੈਂ ਕਾਮਰਸ ਬਾਰੇ ਥੋੜ੍ਹਾ ਕੀਤਾ, ਫਿਰ ਪਾਪਾ ਵੀ ਕੁਛ ਬੈਂਕਿੰਗ ਸੈਕਟਰ 'ਚ ਨੇ, ਪਾਪਾ ਕਹਿੰਦੇ ਵੀ ਇਹਦੇ ਵੱਲ ਜਾ, ਤੈਨੂੰ ਥੋੜ੍ਹਾ ਜਿਹਾ ਅਕਾਊਂਟੈਂਸੀ ਬਾਰੇ ਜ਼ਿਆਦਾ ਪਤਾ ਲੱਗੂਗਾ, ਅਤੇ ਮਤਲਬ ਹੁਣ ਪੂਰਾ ਦੁਨੀ ਹੈ, ਹੁਣ ਇਹਦੇ ਸਾਰਾ ਹਿਸਾਬ ਕਿਤਾਬ ਤੀ ਚੱਲਦਾ ਸਾਰਾ ਕੁਛ, ਫਿਰ ਆਪਾਂ ਅਕਾਊਂਟੈਂਸ ਥੋੜੀ ਕੀਤੀ, ਥੋੜੀ ਤੁਸੀਂ ਨੌਲੇਜ ਮਿਲੀ ਬਿਜ਼ਨਸ ਕਿਵੇਂ ਹੈ ਨਾ ਆਪਾਂ ਕੀ। ਮੈਂ ਵੈਸੇ ਬੱਚੇ ਨੂੰ ਕਦੀ ਇਹ ਫੋਰਸ ਨਹੀਂ ਕੀਤਾ ਕਿ ਤੁਸੀਂ ਨੇ ਸਾਇੰਸ ਲਓ ਜਾਂ ਮੈਥ ਲਓ ਜਾਂ ਜੋ ਵੀ ਆਰਟਸ ਲਓ ਜਾਂ ਕੁਛ ਲਓ, ਇੱਦਾਂ ਕੋਈ ਫੋਰਸ ਨਹੀਂ ਕੀਤਾ, ਜੋ ਥੋੜ੍ਹਾ ਜਿਹਾ ਇਹਨੂੰ ਗਾਈਡ ਜ਼ਰੂਰ ਕੀਤਾ। ਬਾਕੀ ਇਹਨੇ ਕਾਮਰਸ ਲੈਤੀ ਹੈ, ਹਜੇ ਵੀ ਡਾਵਾਡੋਲ ਹੀ ਹੈ ਕਿ ਕੀ ਕਰਨਾ ਚਾਹੀਦਾ ਅੱਗੇ, ਮੈਨੂੰ ਵਾਕਈ ਫਾਇਦੇਮੰਦ ਹੈ ਜਾਂ ਨਹੀਂ ਹੈ। ਤੇ ਚਲੋ ਜੀ ਨਾਲ ਨਾਲ ਫਿਰ ਕੈਨੇਡਾ ਦੀ ਗੱਲਾਂ ਚੱਲਦੀ ਰਹੀਆਂ, ਤੇ ਕੈਨੇਡਾ ਵਾਸਤੇ ਫਿਰ ਕੀ ਆਈਲੈਟਸ ਕਦੋਂ ਸਟਾਰਟ ਕੀਤੀ? ਆਫਟਰ ਕੰਪਲੀਟਡ 12th, ਜਦੋਂ ਮੈਂ 12th ਕੰਪਲੀਟ ਕੀਤੀ ਸੀ, ਮੈਂ ਮੈਨੂੰ ਲੱਗਦਾ ਮਹੀਨੇ ਦੀ ਬ੍ਰੇਕ ਲਿੱਤੀ ਸੀ ਵਿੱਚ, ਫਿਰ ਮੈਂ ਉਸ ਬਾਅਦ April 7 ਨੂੰ ਜੁਆਇਨ ਕੀਤੀ ਸੀ ਆਈਲਸ ਕਰਨੀ ਆਪਣੀ। ਆਈ ਥਿੰਕ 31 ਮਾਰਚ ਨੂੰ ਤੁਹਾਡਾ ਲਾਸਟ ਪੇਪਰ ਸੀ, 31 ਮਾਰਚ ਨੂੰ ਸੀ, ਤੇ 7 April ਨੂੰ ਤੁਸੀਂ ਜੁਆਇਨ ਕਰ ਲਿਆ ਸੀ। ਸੌਰੀ, ਬਿਲਕੁਲ ਵੀ ਰੈਸਟ ਨਹੀਂ ਦਿੱਤੀ ਇਹਨਾਂ ਨੂੰ, ਠੀਕ ਹੈ, ਨਾਲ ਦੀ ਨਾਲ ਹੀ ਆਈਲਸ ਕਰਨ ਲਾਤਾ। 7 ਹਫਤਾ ਕਿ ਦੀ ਰੈਸਟ ਸੀਗੀ ਇੰਜੋਏ ਕਰਨ ਵਾਸਤੇ, ਬਸ ਫਿਰ 7 April ਨੂੰ ਆਪਾਂ ਆਈਲਸ ਜੁਆਇਨ ਕਰ ਲਈ ਸੀ। ਫਿਰ ਮੈਨੂੰ ਲੱਗਦਾ ਮੇਬੀ 2 ਮੰਥ ਦੇ ਵਿੱਚ 2 ਮੰਥ ਆਪਾਂ ਲਾਏ ਉੱਥੇ, ਉਸ ਤੋਂ ਬਾਅਦ ਆਪਾਂ ਆਈਲਸ ਕਰੈਕ ਕਰ ਲਈ ਸੀ। ਬੇਟਾ ਆਈਲਸ ਤੋਂ ਫਿਰ ਕਿੰਨੇ ਸਕੋਰ ਗ੍ਰੈਬ ਕੀਤੇ? ਮੇਰੇ ਜਦੋਂ ਮੈਂ ਕਰੈਕ ਕਰਨ ਤੋਂ ਬਾਅਦ ਆਈਲਸ ਮੇਰੇ ਸਕੋਰ ਆਏ ਸੀ 7 ਸਕੋਰ। ਅੱਛਾ, ਤੇ ਬਸ ਫਿਰ ਥੋੜਾ ਜਿਹਾ ਆਪਾਂ ਨੂੰ ਹੋ ਗਿਆ ਵੀ ਆਈਲਸ 7 ਸਕੋਰ ਨੇ, ਬਸ ਆਪਾਂ ਨਾਲ ਦੀ ਨਾਲ ਹੀ ਫਿਰ ਅਪਲਾਈ ਕਰਨ ਵਾਲੇ ਸੋਚਿਆ ਵੀ ਇਹਨੂੰ ਐਂ ਸੀ ਵੀ ਥੋੜਾ ਵਿੱਚ ਗੈਪ ਨਾ ਪੈ ਜਾਏ ਜਾਂ ਹੈ ਨਾ ਕੁਛ, ਅੱਗੇ ਵੀ ਬਹੁਤ ਕੰਡੀਸ਼ਨ ਆ ਜਾਂਦੀਆਂ ਨੇ, ਅੱਗੇ ਰੂਲ ਚੇਂਜ ਹੋ ਜਾਂਦੇ ਨੇ ਗਵਰਨਮੈਂਟ ਵੱਲੋਂ ਕੈਨੇਡਾ ਦੀ ਵੱਲੋਂ, ਫਿਰ ਆਪਾਂ ਸੋਚਿਆ ਫਟਾਫਟ ਅਪਲਾਈ ਕਰਨ ਦੀ ਸੋਚੀਏ। ਫਿਰ ਤੁਸੀਂ ਕਿਹੜੇ ਪ੍ਰੋਵਿੰਸ ਵਾਸਤੇ ਸੋਚਿਆ ਸੀਗਾ, ਬ੍ਰੈਂਪਟਨ ਬਾਰੇ ਔਰ ਇੰਟੈਰੀਓ ਬਾਰੇ ਜਾਂ ਕਿਹੜੇ ਪ੍ਰੋਵਿੰਸ ਬਾਰੇ ਸੋਚਿਆ? ਨਹੀਂ, ਮੈਂ ਬਿਲਕੁਲ ਟੋਰਾਂਟੋ ਬ੍ਰੈਂਪਟਨ ਬਾਰੇ ਬਿਲਕੁਲ ਵੀ ਨਹੀਂ ਸੋਚਿਆ ਸੀ, ਕਿਉਂਕਿ ਆਪਾਂ ਨੂੰ ਨਿਊਜ਼ ਮਿਲਦੀਆਂ ਨੇ ਹੈ ਨਾ ਕੁਛ ਨੈਗੇਟਿਵ ਨਿਊਜ਼ ਹੀ ਆਪਾਂ ਕਵਾਂਗੇ ਉਹ ਮਿਲਦੀਆਂ ਨੇ,
ਉਹਨਾਂ ਨੇ ਮੈਨੂੰ ਕਾਫੀ ਜ਼ਿਆਦਾ ਡੀਮੋਟੀਵੇਟ ਕੀਤਾ। ਫਿਰ ਮੈਂ BC ਪ੍ਰੋਵਿੰਸ ਬਾਰੇ ਸੋਚਿਆ ਅਤੇ ਇੱਕ ਐਲਬਰਟਾ ਪ੍ਰੋਵਿੰਸ ਸੀਗਾ, ਇਹਨਾਂ ਦੋਨਾਂ ਬਾਰੇ ਸੋਚਿਆ। ਫਿਰ ਮੈਂ ਇਹਨਾਂ ਨੂੰ ਕੰਪੇਅਰ ਕੀਤਾ ਵੀ ਮੈਨੂੰ ਕਿਹੜਾ ਜ਼ਿਆਦਾ ਬੈਸਟ ਰਹੂਗਾ। ਫਿਰ ਮੈਂ ਐਲਬਰਟਾ ਪ੍ਰੋਵਿੰਸ ਬਾਰੇ ਸੋਚਿਆ ਵੀ ਮੈਂ ਐਲਬਰਟਾ 'ਚ ਜਾਊਂਗੀ, ਕਿਉਂਕਿ ਉੱਥੇ ਕਹਿੰਦੇ ਨੇ ਵੀ PNP ਪ੍ਰੋਗਰਾਮ PR ਬਹੁਤ ਜਲਦੀ ਹੋ ਜਾਂਦੀ ਹੈ, ਉਹ ਵੀ ਪ੍ਰੋਵਿੰਸ ਜ਼ਿਆਦਾ ਵਧੀਆ। ਥੋੜ੍ਹੀ ਨੈਗੇਟਿਵ ਇਹ ਉਹਦੀ ਮੈਨੂੰ ਲੱਗੀ ਵੀ ਉੱਥੇ ਸਨੋਅ ਜ਼ਿਆਦਾ ਪੈਂਦੀ ਹੈ, ਪਰ ਕੋਈ ਚੱਕਰ ਨਹੀਂ, ਆਪਾਂ ਕਰ ਲਵਾਂਗੇ ਉਹਨੂੰ ਹੈਂਡਲ ਵੀ ਸਨੋਅ ਨੂੰ। ਮਤਲਬ ਇੱਕ ਸ਼ੌਂਕ ਸੀ ਕੈਨੇਡਾ ਜਾਣ ਦਾ ਇਹਨੂੰ ਕਿ ਮੈਂ ਕੈਨੇਡਾ ਜਾਣਾ, ਅਤੇ ਕੋਈ ਗੱਲ ਨਹੀਂ, ਉਹਦੇ 'ਚ ਸਨੋਅ ਚਾਹੇ ਜ਼ਿਆਦਾ ਹੋਏ ਚਾਹੇ ਘੱਟ ਹੋਏ। ਅਸੀਂ ਨੇ ਇਨ ਬਿਟਵੀਨ ਅਸੀਂ ਨੇ ਬਹੁਤ ਕੁਛ ਰਾਏ ਕੀਤੀ ਵੀ ਜਿਹੜਾ ਕਾਲਜ ਆਪਣਾ ਜਿਹੜਾ ਕੰਟਰੀ ਹੈ ਉਹ ਹੋ ਸਕਦਾ ਅਸੀਂ ਆਸਟ੍ਰੇਲੀਆ ਲੈ ਲਈਏ, ਹੋ ਸਕਦਾ ਅਸੀਂ ਡੈਨਮਾਰਕ ਲੈ ਲਈਏ, ਯੂਰੋਪ ਦੀ ਕੰਟਰੀ। ਲੇਕਿਨ ਜੋ ਇੱਕ ਮਨ ਅਟਕਿਆ ਹੋਇਆ ਸੀ ਨਾ ਉਹ ਸਿਰਫ ਕੈਨੇਡਾ 'ਤੇ ਹੀ ਅਟਕਿਆ ਹੋਇਆ ਸੀਗਾ, ਅਤੇ ਫਿਰ ਕੈਨੇਡਾ ਲਈ ਚਲੋ ਆਪਾਂ ਨੇ ਕਰਨਾ ਸੀਗਾ, ਅਤੇ ਫਿਰ ਬਟ ਅੱਗੇ ਤੋਂ ਬਾਅਦ ਜੋ ਤੁਹਾਡਾ ਕਿਸ ਕਾਲਜ ਲਈ ਤੁਸੀਂ ਫਿਰ ਅਪਲਾਈ ਕੀਤਾ ਜਾਂ ਕਿਵੇਂ ਕਿਹੜਾ ਕਾਲਜ ਤੁਸੀਂ ਚੂਜ਼ ਕੀਤਾ? ਫਿਰ ਮੈਨੂੰ ਜਦੋਂ ਮੈਂ ਕਹਿ ਰਹੀ ਹਾਂ ਵੀ ਜਦੋਂ ਮੈਂ ਕਿਹਾ ਤੁਹਾਨੂੰ ਵੀ ਬ੍ਰਿਟਿਸ਼ ਕੋਲੰਬੀਆ ਅਤੇ ਐਲਬਰਟਾ 'ਚ ਮੈਂ ਕੰਪੇਅਰ ਕੀਤਾ ਜਦੋਂ, ਹੈ ਨਾ, ਅਤੇ ਮੈਂ ਜਦੋਂ ਮੈਂ ਬ੍ਰਿਟਿਸ਼ ਕੋਲੰਬੀਆ ਅਤੇ ਐਲਬਰਟਾ ਦਾ ਦੋਨਾਂ ਨੂੰ ਕੰਪੇਅਰ ਕਰ ਰਹੀ ਸੀ, ਫਿਰ ਮੈਨੂੰ ਬ੍ਰਿਟਿਸ਼ ਕੋਲੰਬੀਆ 'ਚ ਐਂ ਲੱਗਿਆ ਵੀ ਉੱਥੇ ਮਤਲਬ PR ਨਹੀਂ ਜ਼ਿਆਦਾ, ਮਤਲਬ PR ਵਾਲਾ ਪ੍ਰੋਗਰਾਮ ਇੰਨਾ ਖਾਸ ਨਹੀਂ ਹੈਗਾ। ਫਿਰ ਮੈਂ ਐਲਬਰਟਾ ਨੂੰ ਸੋਚਿਆ ਵੀ ਐਲਬਰਟਾ 'ਚ ਆ ਇਹਦੇ 'ਚ ਇਹਦੀ ਪੋਜ਼ਿਟਿਵ ਨੇ, ਹੈ ਨਾ। ਫਿਰ ਮੈਂ ਉੱਥੇ ਉਹਦੇ ਉੱਥੇ ਇੱਕ ਦੋ ਸ਼ਹਿਰ ਨੇ ਆਈ ਥਿੰਕ ਵੱਡੇ ਵੱਡੇ ਆਈ ਥਿੰਕ ਨਹੀਂ ਹੈਗੇ ਨੇ, ਕੈਲਗਿਰੀ ਅਤੇ ਐਡਮਿੰਟਨ। ਅਤੇ ਕੈਲਗਿਰੀ ਮੈਨੂੰ ਮਤਲਬ ਆਪਾਂ ਕਹੀਏ ਬਹੁਤ ਦੋਨੋਂ ਹੀ ਸੋਹਣੇ ਸ਼ਹਿਰ ਨੇ। ਫਿਰ ਮੈਨੂੰ ਫਿਰ ਆਪਾਂ ਨੂੰ ਪਤਾ ਨਿਊਜ਼ ਆਉਂਦੀ ਹੈ ਵੀ ਕੈਲਗਿਰੀ 'ਚ ਵੀ ਬਹੁਤ ਜ਼ਿਆਦਾ ਪੰਜਾਬੀ ਹੋ ਰਹੇ ਨੇ, ਇਨਫੈਕਟ ਐਡਮਿੰਟਨ 'ਚ ਵੀ ਨੇ, ਪਰ ਮੈਨੂੰ ਜ਼ਿਆਦਾ ਐਡਮਿੰਟਨ ਵਧੀਆ ਲੱਗਿਆ ਕਿਉਂਕਿ ਉਹ ਐਲਬਰਟਾ ਦੀ ਕੈਪੀਟਲ ਵੀ ਹੈ। ਅਤੇ ਬਸ ਫਿਰ ਮੈਂ ਸੋਚਿਆ ਵੀ ਆਪਾਂ ਐਡਮਿੰਟਨ ਦਾ ਅਪਲਾਈ ਕਰਾਂਗੇ, ਉੱਥੇ ਗਰੋਥ ਦੇ ਚਾਂਸਿਸ ਜ਼ਿਆਦਾ ਨੇ। ਜਿਹੜਾ ਕੈਂਪਬੈਲ ਕਾਲਜ ਆ ਉਹ ਪੋਰਟੇਜ ਕਾਲਜ ਤੋਂ ਐਫੀਲੇਟਿਡ ਹੈ, ਅਤੇ ਜਿਹੜਾ ਪੋਰਟੇਜ ਮੇਨ ਕੈਂਪਸ ਹੈ ਉਹ ਲਾਕਲਾ ਬੀਚ ਵਿੱਚ ਹੈ, ਉੱਥੇ ਐਲਬਰਟਾ ਦੇ ਵਿੱਚ ਹੀ ਹੈ। ਸੋ ਇਹਦੀ ਬ੍ਰਾਂਚ ਜੋ ਹੈ ਐਡਮਿੰਟਨ 'ਚ ਵੀ ਸੀਗੀ ਅਤੇ ਕੈਲਗਿਰੀ 'ਚ ਵੀ ਸੀ, ਅਤੇ ਫਿਰ ਮੈਂ ਐਡਮਿੰਟਨ ਦੇ ਵਿੱਚ ਮੈਨੂੰ ਕਾਲਜ ਵਧੀਆ ਲੱਗਿਆ, ਅਤੇ ਇਹ ਥੋੜ੍ਹਾ ਫੀ ਫਰੈਂਡਲੀ ਵੀ ਸੀਗਾ, ਅਤੇ ਇਨਫੈਕਟ ਥੋੜ੍ਹਾ ਕਾਲਜ ਛੋਟਾ ਹੈ ਬਟ ਠੀਕ ਹੈ, ਆਪਾਂ ਸਟੱਡੀ ਕਰਨੀ ਹੈ, ਆਪਾਂ ਨੂੰ ਸਟੱਡੀ ਚਾਹੀਦੀ ਹੈ, ਪ੍ਰੋਫੈਸਰ ਮੇ ਬੀ ਬਹੁਤ ਵਧੀਆ ਹੀ ਹੋਣਗੇ, ਹੈ ਨਾ। ਕੋਰਸ ਕਿਹੜਾ ਲੈਤਾ? ਕੋਰਸ ਮੇਰਾ ਮੇਰੇ ਕਾਮਰਸ ਸਟ੍ਰੀਮ ਨਾਲ ਹੀ ਰਿਲੇਟਡ ਹੈ, ਮਿਲਦਾ ਜੁਲਦਾ। ਉਹ ਹੈਗਾ ਬਿਜ਼ਨਸ ਮੈਨੇਜਮੈਂਟ ਡਿਪਲੋਮਾ ਆਫ 2 ਈਅਰਸ, 2 ਸਾਲ ਦਾ ਇਹ ਕੋਰਸ ਹੈ। ਅਤੇ ਮੈਨੂੰ ਇਸ ਕੋਰਸ ਦੇ ਵਿੱਚ ਵੈਸੇ ਵੀ ਇੰਟਰਸਟ ਸੀਗਾ ਵੀ, ਹੈ ਨਾ, ਬਿਜ਼ਨਸ ਦੇ ਵਿੱਚ ਹੀ। ਇਨਫੈਕਟ ਆ ਫਾਈਨੈਂਸ਼ੀਅਲ ਤੇ ਥੋੜਾ ਕਾਸ, ਮੈਂ ਚਾਹੁੰਦਾ ਸੀਗਾ ਕਿ ਅਕਾਊਂਟਿੰਗ ਐਂਡ ਫਾਈਨਾਂਸ ਲਵੇ, ਲੇਕਿਨ ਮੈਂ ਨਹੀਂ ਚਾਹੁੰਦੀ ਸੀ। ਕਿਉਂਕਿ ਬੇਟਾ ਫਿਰ ਉਸ ਤੋਂ ਬਾਅਦ ਤੁਸੀਂ ਉੱਥੇ ਅਪਲਾਈ ਕੀਤਾ ਤਾਂ ਕਦੋਂ ਤੁਸੀਂ ਅਪਲਾਈ ਕੀਤਾ? ਇਹ ਜੋ ਫਾਈਲਿੰਗ ਲੱਗੀ ਸੀ, ਆਈ ਥਿੰਕ ਦੱਸੋ 15 ਸਪਟੰਬਰ ਨੂੰ ਫਾਈਲਿੰਗ ਲੱਗੀ ਸੀ। ਇਹ ਜਿਹੜੀ ਫਾਈਲਿੰਗ ਲੱਗੀ ਸੀ ਮੇਰੇ ਕਾਲਜ ਦੀ, ਹੈ ਨਾ, ਇਹ ਲੱਗੀ ਸੀ 15 ਸਪਤੰਬਰ ਨੂੰ। ਆਪਾਂ ਇਸ ਕਾਲਜ ਆਫਰ ਲੈਟਰ ਅਪਲਾਈ ਕਰਵਾਤਾ ਸੀਗਾ, ਅਤੇ ਮੇ ਬੀ ਵੀਕ ਦੇ ਵਿੱਚ 1 ਵੀਕ ਦੇ ਵਿੱਚ ਇਹਦਾ ਆਫਰ ਲੈਟਰ ਆ ਗਿਆ ਸੀ। ਅਤੇ ਆਫਰ ਲੈਟਰ ਬਾਅਦ ਤੋਂ ਬਾਅਦ ਜੋ, ਹੈ ਨਾ, ਕੰਡੀਸ਼ਨਸ ਹੁੰਦੀਆਂ ਨੇ ਜਿਵੇਂ GIC ਭਰਨੀ, ਫੀ ਭਰਨੀ, ਅਤੇ ਬਸ ਉਹ ਸਭ ਆਪਾਂ ਡਨ ਕਰ ਲਿਆ ਸੀ ਆਫਰ ਲੈਟਰ ਬਾਅਦ ਆਹ ਸਭ ਡਨ ਕੀਤਾ। ਬਸ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਮੇਰਾ ਮੈਡੀਕਲ ਹੋਇਆ, ਜੋ ਆਪਾਂ ਨੂੰ ਪ੍ਰੈਕਟੀਕਲ ਜੋ ਆਪਾਂ ਫਿਜ਼ੀਕਲੀ ਜਾ ਕੇ ਦੇਣਾ ਹੁੰਦਾ ਉਹ ਮੈਡੀਕਲ ਹੋਇਆ। ਮੈਡੀਕਲ ਤੋਂ ਬਾਅਦ ਮੇਰੀ GIC ਭਰੀ ਗਈ ਸੀ, ਹਾਂ, ਫੀਸ ਮੈਂ ਪਹਿਲਾਂ ਭਰਤੀ ਸੀ, ਫਿਰ ਮੈਡੀਕਲ ਹੋਇਆ, ਫਿਰ ਮੈਡੀਕਲ ਤੋਂ ਬਾਅਦ ਮੇਰਾ ਹੋਇਆ ਸੀ ਆਪਣਾ ਬਾਇਓ ਨਹੀਂ ਮੇਰੀ GIC ਭਰੀ ਗਈ ਸੀਗੀ। ਹੁਣ ਜੋ GIC ਮੈਂ ਪਹਿਲਾਂ ਭਰੀ ਸੀ ਉਹ 6.5 ਲੱਖ ਸੀ, ਹੁਣ ਤਾਂ ਆਪਾਂ ਨੂੰ ਪਤਾ 12.5 ਲੱਖ ਹੋ ਗਈ, ਹੈ ਨਾ, ਅਰਾਊਂਡ। ਅਤੇ ਉਸ ਤੋਂ ਬਾਅਦ ਫਿਰ ਮੇਰੇ ਲਾਸਟ ਹੋਇਆ ਸੀ ਬਾਇਓਮੈਟ੍ਰਿਕ। ਅਤੇ ਫਿਰ ਮੇਰੀ 17 ਸਪਤੰਬਰ 2023 ਨੂੰ ਮੇਰੀ ਹੋਈ ਸੀ ਬਾਇਓਮੈਟ੍ਰਿਕ ਚੰਡੀਗੜ੍ਹ ਦੇ ਵਿੱਚ। ਫਿਰ ਮੈਂ ਆਪਣੀ ਬਾਇਓਮੈਟ੍ਰਿਕ ਦੇਣ ਤੋਂ ਬਾਅਦ, ਅਤੇ ਬਸ ਮੇਰਾ ਮੇਰੀ 14 ਡੇਜ਼ ਤੋਂ ਬਾਅਦ ਮੇਰਾ ਵੀਜ਼ਾ ਆ ਗਿਆ, 12.5 ਮਤਲਬ ਕਾਫੀ ਅੱਧੀ ਰਾਤ ਨੂੰ ਮੇਰਾ ਵੀਜ਼ਾ ਆ ਗਿਆ ਸੀ।
ਤੇ ਬਸ ਫਿਰ ਜਦੋਂ ਮੈਂ ਸਵੇਰੇ ਆਪਣਾ ਯੂਜ਼ਰ ਨੇਮ ਪਾਸਵਰਡ ਪਾ ਕੇ ਉਹਨੂੰ ਲੌਗਇਨ ਕੀਤਾ, ਮੇਰੇ ਏਜੰਟ ਨੇ ਕੀਤਾ, ਉਸ ਤੋਂ ਬਾਅਦ ਫਿਰ ਮੈਂ ਦੇਖਿਆ ਵੀ ਮੇਰਾ PPR ਆਈ ਹੋਈ ਸੀ, ਮੀਨਸ ਵੀਜ਼ਾ ਆਇਆ ਹੋਇਆ ਸੀ ਤੇ ਪਾਸਪੋਰਟ ਜਮ੍ਹਾਂ ਕਰਨਾ ਸੀਗਾ ਤੇ ਉਸ ਤੋਂ ਬਾਅਦ ਬਸ ਉਹਨਾਂ ਨੇ ਕਿਹਾ ਤਾਂ ਇਹ ਸਾਰਾ ਜੋ ਮਤਲਬ ਕਿ ਫਾਈਲਿੰਗ ਲੱਗਣ ਤੋਂ ਬਾਅਦ ਜੋ ਵੀ ਵੀਜ਼ਾ ਜਿਹੜਾ ਸਾਨੂੰ ਮਿਲਿਆ ਉਹ 15 ਦਿਨਾਂ ਦੇ ਵਿੱਚ ਵੀ ਸਾਨੂੰ ਵੀਜ਼ਾ ਮਿਲ ਗਿਆ ਸੀਗਾ। ਇਹ ਜਿਹੜੀ ਇਹ ਤੁਹਾਡਾ ਕਿਹੜਾ ਇਨਟੇਕ ਤੁਸੀਂ ਲੈਤਾ ਬੇਟਾ? ਹਾਂਜੀ, ਸਭ ਤੋਂ ਮੇਨ ਗੱਲ ਵੀ ਜਿਹੜਾ ਮੇਰਾ ਇਨਟੇਕ ਹੈ ਇਹ ਹੈਗਾ ਜਨਵਰੀ ਇਨਟੇਕ, ਤੇ ਮੇਰੀ ਕਲਾਸਿਸ ਹੈਗੀਆਂ ਨੇ 29 ਜਨਵਰੀ ਨੂੰ, ਤੇ ਜਿਹੜੀ ਮੇਰੀ ਓਰੀਐਂਟੇਸ਼ਨ ਹੈ ਉਹ 22 ਤੋਂ ਲੈ ਕੇ 25 ਦੇ ਵਿੱਚ ਵਿੱਚ ਕਹਿੰਦੇ ਤੁਹਾਡੀ ਓਰੀਐਂਟੇਸ਼ਨ ਹੋ ਜੂਗੀ, ਬਟ ਹਜੇ ਡਿਸਾਈਡ ਨਹੀਂ ਹੋਇਆ, ਉਹ ਜਾ ਕੇ ਪਤਾ ਲੱਗ ਜੂਗਾ ਆਪਾਂ ਨੂੰ। ਤੇ ਤੁਸੀਂ ਫਿਰ ਕਦੋਂ ਫਲਾਈਟ ਤੁਹਾਡੀ ਕਦੋਂ ਦੀ ਹੈ? ਤੇ ਫਲਾਈਟ ਮੇਰੀ ਹੈਗੀ ਹੈ 18 ਜਨਵਰੀ 2024 ਦੀ। ਦੂਸਰਾ ਠੀਕ ਹੈ, ਤਾਂ ਮਤਲਬ 18 ਤਰੀਕ ਦੀ ਫਲਾਈਟ ਹੈ, ਤਾਂ ਤੁਸੀਂ ਅੱਜ ਆਪਾਂ ਜੋ ਵੀਡੀਓ ਬਣਾ ਰਹੇ ਹਾਂ ਇਹ ਬਣਾ ਰਹੇ ਹਾਂ ਜੀ ਨੀਅਰ ਅਬਾਊਟ ਜਨਵਰੀ, ਕਿੰਨੀ ਅੱਜ 14 ਜਨਵਰੀ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ, ਅਤੇ ਵੀਡੀਓ ਤੁਹਾਡੇ ਕੋਲ ਲੇਟ ਆ ਰਹੀ ਹੈ ਕਿਉਂਕਿ ਤੁਹਾਨੂੰ ਵੀ ਸਰਪ੍ਰਾਈਜ਼ ਦੇਣਾ ਸੀਗਾ, ਅਤੇ ਬਾਕੀ ਸ਼ੋਪਿੰਗ ਦੇ ਵੀਡੀਓਜ਼ ਵੀ ਤੁਹਾਡੇ ਕੋਲ ਆਉਣਗੇ, ਸ਼ੋਪਿੰਗ ਹੋ ਚੁੱਕੀ ਹੈ, ਅਤੇ ਜੋ ਜੋ ਸ਼ੋਪਿੰਗ ਦੇ ਵੀਡੀਓ ਹੋਣਗੇ ਉਹਦੀ ਵੀਡੀਓ ਅਲੱਗ ਬਣੂਗੀ, ਤਾਂ ਉਹ ਵੀ ਤੁਸੀਂ ਦੇਖ ਲਿਓ ਕਿ ਕਿਆ ਕੁਛ ਹੈਗਾ, ਕਿਵੇਂ ਸਾਰਾ ਕੁਛ ਅਸੀਂ ਕਿਵੇਂ ਪੈਕ ਕਰ ਰਹੇ ਹਾਂ, ਸਾਰਾ ਕੁਛ ਕੀ ਕੁਛ ਲਿੱਤਾ, ਕਿਆ ਕੁਛ ਕੀਤਾ, ਉਹ ਸਾਰਾ ਕਿਹੜੇ ਕਿਹੜੇ ਬਰਤਨ ਕਿਹੜੇ ਕਿਹੜੇ ਉਹ ਲਿੱਤੇ ਉਹ ਸਾਰਾ ਕੁਛ ਤੁਹਾਨੂੰ ਦੱਸਾਂਗੇ ਕਿਉਂਕਿ 3 ਮੰਥ ਦਾ ਵਿੱਚ ਕਾਫੀ ਜ਼ਿਆਦਾ। ਹਾਂ, ਸਾਡੇ ਕੋਲ ਦੇਖੋ 30 ਸਪਟੰਬਰ ਨੂੰ ਵੀਜ਼ਾ ਆਇਆ ਤਾਂ 3 ਮਹੀਨੇ ਸਾਡੇ ਕੋਲ ਪੂਰੇ ਸੀਗੇ, ਅਸੀਂ ਜਿਹੜੀ ਸ਼ੋਪਿੰਗ ਹੈ ਉਹ ਇੱਕਦਮ ਨਹੀਂ ਕੀਤੀ, ਹੌਲੀ ਹੌਲੀ ਜਾ ਕੇ 10 ਦਿਨਾਂ ਬਾਅਦ 15 ਦਿਨਾਂ ਬਾਅਦ ਜਾ ਕੇ ਜੋ ਵੀ ਮਤਲਬ 15 ਦਿਨਾਂ ਬਾਅਦ ਅਸੀਂ ਸ਼ੋਪਿੰਗ ਕਰਦੇ ਰਹੇ। ਅਤੇ ਲਓ ਜੀ ਫਿਰ ਹੁਣ ਅੱਜ ਦਾ ਵਲੋਗ ਸਿਰਫ ਇੰਨਾ ਹੀ, ਅਤੇ ਬਾਕੀ ਜੋ ਤੁਹਾਨੂੰ ਸਾਡੇ ਜਿਹੜੇ ਸ਼ੋਪਿੰਗ ਵਾਲੇ ਵਲੋਗ ਔਰ ਜਿੰਨੇ ਵੀ ਇੱਥੋਂ ਅਸੀਂ ਘਰੋਂ ਚੱਲਦੇ ਜਾ ਰਹੇ ਹਾਂ, ਮਤਲਬ ਕਿ ਕਿਆ ਕੁਛ ਹੋਇਆ ਰਸਤੇ ਵਿੱਚ ਏਅਰਪੋਰਟ ਤੱਕ ਛੱਡਣ ਤੱਕ ਸਿਮਰਨ ਦੇ ਨਾਲ, ਅਤੇ ਅਸੀਂ ਤੁਹਾਨੂੰ ਦੱਸਦੇ ਰਹਾਂਗੇ, ਅਤੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ।